ਗੁਰੂ ਪਿਆਰੀ ਸਾਧ ਸੰਗਤ ਜੀ, ਇਤਿਹਾਸਿਕ ਨਗਰ ਬਾਬਾ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ, ਅੱਜ ਇਤਿਹਾਸਿਕ ਨਗਰ ਨੇ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਧੰਨ ਧੰਨ ਬਾਬਾ ਤਾਰਾ ਸਿੰਘ ਸ਼ਹੀਦੇ ਵਾਰਸ ਹਾਂ, ਬਾਬਾ ਬਘੇਲ ਸਿੰਘ ਜੀ ਸ਼ਹੀਦੇ ਵਾਰਸ ਹਾਂ, ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖੰਡੂਰ ਸਾਹਿਬ ਧਰਤੀ ਤੋਂ ਚੋਣ ਆਜ਼ਾਦ ਚੋਣ ਜਿਹੜੇ ਲੜ ਰਹੇ ਨੇ ਉਹਨਾਂ ਵਾਸਤੇ ਉਹਨਾਂ ਦਾ ਸਾਥ ਦਿੱਤਾ ਹੈ। ਸੰਗਤ ਲਈ ਬਹੁਤ ਬਹੁਤ ਧੰਨਵਾਦ। ਬੈਂਕਾਂ ਦੀਆਂ ਸੰਗਤਾਂ ਦਾ, ਭਾਈ ਹਰਜਿੰਦਰ ਸਿੰਘ ਜੀ ਜਹਿਦਾਰ, ਭਾਈ ਕਿਰਪਾਲ ਸਿੰਘ ਜੀ ਜਹਿਦਾਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿੰਡ ਦੀ ਸੰਗਤ ਦਾ, ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ। ਮਾਤਾ ਜੀ, ਅਸੀਂ ਇੱਕ ਵਿਸ਼ਵਾਸ ਤੋਂ ਆਉਂਦੇ ਹਾਂ ਕਿ ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ। ਬਾਬਾ ਤਾਰਾ ਸਿੰਘ ਜੀ ਸ਼ਹੀਦ ਜੀ ਨੇ ਮੁਗਲੀਆ ਸੰਤਤ ਦੇ ਨਾਲ ਲੜਦਿਆਂ ਹੋਇਆ ਹਕੂਮਤ ਸਰਕਾਰ ਦੇ ਨਾਲ ਮੱਥਾ ਲਾਇਆ। ਔਰੰਗਜ਼ੇਬ ਹਕੂਮਤ ਸਰਕਾਰ ਤਗੀ ਬੇਗ ਨੂੰ ਜਿਵੇਂ ਮੋਹਨ ਖਾਨ ਨੂੰ ਪਾਨ ਚਬਾਉਂਦਿਆਂ ਹੋਇਆ ਵਾਪਸ ਮੋੜਿਆ, ਇਸੇ ਤਰ੍ਹਾਂ ਅਸੀਂ ਹਕੂਮਤ ਸਰਕਾਰ ਦੇ ਨਾਲ ਲੜਦਿਆਂ ਹੋਇਆ ਸ਼ਹੀਦਾਂ ਦੀ ਧਰਤੀ ਤੋਂ ਇੱਕ ਐਲਾਨ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਇੱਥੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ। ਤੇ ਸਿਆਸੀ ਪਾਰਟੀਆਂ ਜਿਵੇਂ ਹਕੂਮਤ ਸਰਕਾਰ ਨੂੰ ਅਸੀਂ ਸਾਡੇ ਵੱਡੇ ਵਡੇਰਿਆਂ ਨੇ ਭਜਾਇਆ ਪਾਨ ਚਬਾਉਂਦਿਆਂ, ਉਸੇ ਤਰ੍ਹਾਂ ਹੀ ਇੱਥੋਂ ਸਿਆਸੀ ਪਾਰਟੀਆਂ ਵਾਪਸ ਜਾਣਗੀਆਂ। ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦਿੰਦੇ ਹਾਂ। ਸਾਰੀ ਹੀ ਨਗਰ ਦਾ ਧੰਨਵਾਦ, ਮੇਰੀਆਂ ਮਾਵਾਂ ਦਾ, ਭੈਣਾਂ ਦਾ, ਪਿੰਡ ਦੇ ਨੌਜਵਾਨ ਸੱਜਣਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਤੇ ਬੈਂਕਾਂ ਦੀਆਂ ਸੰਗਤਾਂ ਜਿਨ੍ਹਾਂ ਨੇ ਸਾਨੂੰ ਇਹ ਇਕੱਠ ਲਿਖਾਇਆ ਬਹੁਤ ਵੱਡਾ। ਇਸੇ ਤਰ੍ਹਾਂ ਹੀ ਵੱਖ ਵੱਖ ਪਿੰਡਾਂ ਦੇ ਵਿੱਚ ਅਸੀਂ ਆਪਣੇ ਪਿੰਡ ਦਾ ਵੀ, ਮਾਤਾ ਜੀ ਤੁਹਾਨੂੰ ਵਿਸ਼ਵਾਸ ਦਵਾਉਣੇ ਕਿ ਇਹ ਇਸ ਪਿੰਡ ਦਾ ਪੂਰਾ ਸਮਰਥਨ ਹੈ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ। ਮਹਿਕ ਦੇ ਉੱਤੇ ਮੋਹਰ ਲਾ ਕੇ 1 ਤਰੀਕ ਨੂੰ 4 ਤਰੀਕ ਨੂੰ ਉਹਦਾ ਰਿਜ਼ਲਟ ਬਾਅਦ ਵਿੱਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।